उनकी बातों से ऐसा लग रहा था जैसे रौनक दीदी ने अभी भी उन्हें एक्सेप्ट नहीं किया है। मां मैनू ऐ दस, मैं रौनक नाल ब्याह करके कोई गलती करती? जिस दिन मेरे सबर दा बन टुटिया ना, मैं तेनू छड़ देना है, डिवोर्स दे देना है तेनू। सारे नु मैं ही क्यों गलत लगदी हां? अपना पुत क्यों नहीं गलत लगदा जेड़ा धक्के नाल ब्याह के लेके आया मैनू? की हो गया मां जी? तू मैनू मां जी कहे, पर ये सारा कुछ कहण च लेट नहीं होगी? मैं चाहनी हां किसी पासे घूम फिर आओ, तुसी पहाड़ा वल जा आओ। ज्यादा फीलिंगा ना चको, जिवें इत्थे रहने आ ना ओवें उत्थे रहांगे। चलो चंगा भाजी, चल ठीक है पुत्र। हो किते चले सी भाई? ससीगा बी जी, आ जा तू टोक दे पहली जांदिया नु। मैं कहनू टोकदा माता, वो ता बाई ने दुकानदार तो पेमेंट इकट्ठी करने वास्ते भेजा सी, वो लेके आया सी। ले तेजी आदा तू वधिया करया, बिल्कुल सही टाइम ते आया नु। चल ट्रिप ते काम आणगे इह, तेजी है कर आसमान नु रख दे तू गड्डी च। चंगा अम्मी चलते हैं असीं, सत श्री अकाल, ध्यान रखियो अपना, ठीक है? चल तेजी, एक दो काम ने अपा नु पटियाले, अपा पटियाले जाके आउणा हैगा। मैनू काम माता थोड़ा जा। बे तेनू कोई नहीं काम, चल गड्डी कढ अपा हुण मुड़े आवांगे। चलो वैसे इन्ना चुप हो के बैठने की लोड़ है नहीं जिन्ना तुसी बैठे हो। अच्छा एक गल दसो, पहला आए हो कदे शिमला? नहीं, घर दी जिम्मेवारियां ने कदे निकलने नहीं दिता शहर तो बाहर, ते आपां तां बथेरे गेड़े लाए होंगे शिमला दे सहेलियां नाल। सहेलियां नाल तां नहीं, हाँ एक दो बारी कॉलेज टाइम यारां दोस्तां नाल जरूर आया शिमला। वैसे मैं एक गल सोचदा, तैनूं मैं तां पसंद नहीं, सुखी सांदी तैनूं शिमला जरूर पसंद आ जावे, नहीं फिर इहदे पिछे भी गल्लां सुणनियां पैणगियां। ਆ ਰੂਮ ਕਿਉਂ ਲਿੱਤਾ ਤੁਸੀਂ? ਇੱਥੇ ਤਾਂ ਸੋਫਾ ਹੀ ਨਹੀਂ ਹੈਗਾ। ਮੈਂ ਹੱਦ ਹੋ ਗਈ ਯਾਰ, ਹੁਣ ਸ਼ਿਮਲੇ ਆ ਕੇ ਵੀ ਮੈਂ ਸੋਫੇ ਤੇ ਪਊਂਗਾ? ਨਾ ਬਈ ਨਾ, ਜੱਟ ਹੋਰੀ ਤਾਂ ਉੱਥੇ ਬੈੱਡ ਤੇ ਪੈਣਗੇ। ਚਲਾ ਲਓ ਆਪਣੀ ਮਰਜ਼ੀ ਜਿੰਨੀਆਂ ਚਲਾਣੀਆਂ ਨੇ, ਨਹੀਂ ਤੇ ਖੁੱਡੇ ਦੇ ਕਬੂਤਰ ਵਾਂਗੂ ਨਾ 2 ਦਿਨ ਬਾਅਦ ਆਪਣੇ ਘਰੇ ਜਾਣਾ ਹੈ। ਅੱਛਾ ਚਲਾ ਲਾ ਮਰਜ਼ੀਆਂ। ਸੋ ਬਸ਼ਰਮ ਵੀ ਹੋ ਤੁਸੀਂ? ਲੈ ਹੱਦ ਹੋ ਗਈ ਯਾਰ, ਤੂੰ ਆਪੇ ਤਾਂ ਕਿਹਾ ਆ ਵੀ ਚਲਾ ਲਓ ਮਰਜ਼ੀਆਂ, ਦੇਖਦਾ ਸੀ ਮੈਂ ਚਲਾ ਕੇ, ਕਿਉਂਕਿ ਅੱਜ ਤੱਕ ਤੈਨੇ ਉਦਾਂ ਦਾ ਚੱਲਣ ਨਹੀਂ ਦਿੱਤੀਆਂ। ਇਦਾਂ ਦੀ ਮਰਜ਼ੀ ਨਾ ਤੁਹਾਡੀ, ਕਦੇ ਨਹੀਂ ਚੱਲਣੀ। ਸੋ ਮੇਰੇ ਨਾਲ ਹਮੇਸ਼ਾ ਚਿਪਕਣ ਦੇ ਬਹਾਨੇ ਨਾਲ ਲੱਭਿਆ ਕਰੋ। ਨਾਲ ਚਿਪਕਣ ਦੀ ਨਹੀਂ ਆ ਤੂੰ ਕਦੇ ਆਪਣੇ ਦਿਲ ਦੇ। ਆਉਣ ਸਾਰ ਹੋ ਗਏ ਫਿਰ ਸ਼ੁਰੂ ਰਾਂਝੇ ਵਾਂਗ। ਚੱਲ ਚੰਗਾ ਚੰਗਾ, ਫਰੈਸ਼ ਹੋ ਲਾ।
ਓਹੋ, ਗਾਣ ਦਾ ਵੀ ਸ਼ੌਂਕ ਆ ਤੈਨੂੰ? ਮੈਨੂੰ ਤਾਂ ਪਤਾ ਹੀ ਨਹੀਂ ਸੀ, ਬਹੁਤ ਸੋਹਣਾ ਗਾਨੀ ਆ ਯਾਰ ਤੂੰ ਤਾਂ। ਯਾਰ ਤੈਨੂੰ ਤਾਂ ਭੂੰਡ ਆਸ਼ਿਕ ਵਾਂਗ ਮੇਰਾ ਹਰ ਕੁਛ ਹੀ ਚੰਗਾ ਲੱਗਦਾ। ਹਾਂ ਲੱਗਦਾ ਤਾਂ ਹੈ। ਵੈਸੇ ਮੇਰੀ ਚਾਹ? ਮੇਰੀ ਚਾਹ? ਮੇਰੀ ਚਾਹ ਦਾ ਕੀ ਮਤਲਬ? ਤੂੰ ਬਣਾ ਲਾ ਆਪੇ ਜਾ ਕੇ। ਇੱਕ ਤਾਂ ਮੈਨੂੰ ਤੇਰੀ ਸਮਝ ਨਹੀਂ ਲੱਗਦੀ ਹੈਗੀ, ਤੂੰ ਤੋਂ ਮਸਾਂ ਤੁਸੀਂ ਤੇ ਆਈ ਸੀ, ਤੁਸੀਂ ਤੋਂ ਹੁਣ ਫੇਰ ਤੂੰ ਤੜਾਕ ਤੇ ਆ ਗਈ। ਚੱਲ ਚੰਗਾ ਕੱਪ ਤਾਂ ਦੇ ਮੈਨੂੰ ਆਪਣਾ। ਮੈਂ ਆਪਣਾ ਕੱਪ ਕਿਉਂ ਦਵਾਂ? ਉਹ ਮਤਲਬ ਮੈਨੂੰ ਮਿੱਠਾ ਪਾਣ ਦੀ ਲੋੜ ਨਹੀਂ ਨਾ ਪੈਣੀ। ਸ਼ਰਮ। ਚੱਲ ਚੰਗਾ, ਚੱਲ ਚੱਲੀਏ ਆਪਾਂ ਹੁਣ, ਬ੍ਰੇਕਫਾਸਟ ਨਾ ਰਾਸਤੇ 'ਚ ਕਰ ਲਾਂਗੇ। ਹੁਣ ਤਾਂ ਜੇ ਚੰਬੇ ਜਾਣਾ ਉਹ ਵੀ ਦੱਸ ਦੇ, ਉੱਥੇ ਵੀ ਘੁਮਾ ਲਿਆਉਂਦਾ। ਨਹੀਂ ਚੰਬੇ ਨਹੀਂ ਜਾਣਾ, ਇੱਥੇ ਠੀਕ ਹੈ। ਤੇ ਨਾਲੇ ਮੈਂ ਰੈਡੀ ਨਹੀਂ ਲੱਗ ਰਹੀ। ਨਹੀਂ ਲੱਗ ਰਹੀ ਹੈ ਥੋੜ੍ਹੀ ਥੋੜ੍ਹੀ। ਚੰਬਾ ਕਿਤਨੀ ਇੱਕ ਵੈਸੇ ਸਟਾਲ ਬਹੁਤ ਸੋਹਣਾ ਲਿਆ ਤੂੰ, ਮੈਨੂੰ ਬਹੁਤ ਪਸੰਦ ਆਇਆ। ਰਹਿਣ ਦਿਓ ਤੁਸੀਂ, ਬਿਲਕੁਲ ਪਸੰਦ ਨਹੀਂ ਸੀ ਆਇਆ ਤੁਹਾਨੂੰ। ਵੈਸੇ ਹੋਰ ਕਿੰਨੇ ਕੁ ਝੂਠ ਬੋਲਣੇ ਬਾਕੀ ਨੇ ਤੁਹਾਡੇ ਵੱਲੋਂ? ਜਿੰਨਾ ਕੁ ਤੇਰੇ ਵੱਲੋਂ ਪਿਆਰ ਕਰਨਾ ਬਾਕੀ ਆ। ਮਤਲਬ ਮੈਂ ਨਾ ਤੈਨੂੰ ਜਾਣ ਬੁੱਝ ਕੇ ਉੱਥੇ ਗਲਤ ਇਸ਼ਾਰੇ ਕਰ ਰਿਹਾ ਸੀਗਾ, ਕਿਉਂਕਿ ਮੈਨੂੰ ਪਤਾ ਆ ਨਾ ਤੇਰੇ ਬਾਰੇ, ਹਮੇਸ਼ਾ ਮੇਰੀਆਂ ਗੱਲਾਂ 'ਤੇ ਉਲਟ ਡਿਸੀਜਨ ਤਾਂ ਲੈਣਾ ਹੁੰਦਾ ਤੂੰ। ਚੰਬੇ ਜਾਣਾ ਕੱਲ੍ਹ? ਨਹੀਂ ਜੀ, ਬਸ ਬਹੁਤ ਹੈ, ਦੋ ਦਿਨ ਲਈ ਕਿਸੇ ਨਾਪਸੰਦ ਬੰਦੇ ਨੂੰ ਸ਼ਿਮਲੇ 'ਚ ਬਰਦਾਸ਼ਤ ਕਰਨਾ। ਘਰ ਚਲੋ। ਚੱਲ ਜਿੱਦਾਂ ਤੇਰੀ ਮਰਜ਼ੀ। ਅੱਛਾ ਸ਼ਿਮਲੇ ਤੇ ਕਸੌਲੀ ਤਾਂ ਘੁੰਮ ਲਿਆ, ਕੱਲ ਨੂੰ ਆਪਾਂ ਘਰੇ ਚਲੇ ਜਾਣਾ ਆ। ਹੁਣ ਮੈਨੂੰ ਏਦਾਂ ਦੱਸ, ਕਿੱਦਾਂ ਲੱਗਿਆ ਫਿਰ ਤੈਨੂੰ ਸ਼ਿਮਲਾ ਕਸੌਲੇ? ਤੁਹਾਡੇ ਤੋਂ ਬਹੁਤ ਸੋਹਣਾ। ਚੱਲ ਤੈਨੂੰ ਕੁਛ ਤਾਂ ਵਧੀਆ ਲੱਗਿਆ। ਅੱਛਾ ਇੱਕ ਗੱਲ ਦੱਸੋ, ਤੁਸੀਂ ਮੇਰੇ 'ਚ ਇਹੋ ਜਿਹਾ ਕੀ ਦੇਖਿਆ ਜਿਹੜਾ ਤੁਹਾਡਾ ਇਹ ਡਰਾਮਾ ਖਤਮ ਨਹੀਂ ਹੋ ਰਿਹਾ ਕਿ ਤੁਸੀਂ ਮੈਨੂੰ ਪਿਆਰ ਕਰਦੇ ਹੋ? ਤੁਸੀਂ ਤਾਂ ਜ਼ਿੱਦ ਲਈ ਰਿਸ਼ਤਾ ਜੋੜਿਆ ਸੀ ਨਾ? ਆਪਣੀ ਜ਼ਿੱਦ ਲਈ ਰਿਸ਼ਤਾ ਨਹੀਂ ਜੋੜਿਆ ਰੌਣਕ ਮੈਂ ਤੇਰੇ ਨਾਲ, ਮੇਰਾ ਰੱਬ ਜਾਣਦਾ ਮੈਂ ਤੈਨੂੰ ਕਿੰਨਾ ਪਿਆਰ ਕਰਦਾ ਆ। ਤੇ ਰਹੀ ਗੱਲ ਤੇਰੇ 'ਚ ਕੀ ਦੇਖਿਆ, ਤੇਰਾ ਬੇਖੌਫ ਚਿਹਰਾ ਦੇਖਿਆ ਸੀ, ਬੇਡਰ ਆਵਾਜ਼ ਸੁਣੀ ਸੀ ਤੇਰੀ। ਇੱਕ ਸੋਫੀ ਬੰਦੇ ਨੂੰ ਜੋ ਜ਼ਮੀਨ ਤੇ ਸਿੱਟ ਦੇ, ਉਹ ਨਸ਼ੀਲੀ ਅੱਖ ਦੇਖੀ ਸੀ ਮੈਂ ਤੇਰੀ। ਤੇ ਮੈਨੂੰ ਲੱਗਦਾ ਇੰਨਾ ਕੁਛ ਕਾਫੀ ਹੁੰਦਾ ਆ ਇੱਕ ਆਮ ਬੰਦੇ ਨੂੰ ਆਸ਼ਕ ਬਣਾਉਣ ਲਈ। ਬਾਈ ਜੀ ਕੁਝ ਖਾਣ ਨੂੰ ਦੇ ਦੋ, ਦੋ ਦਿਨ ਤੋਂ ਭੁੱਖਾ ਮੈਂ, ਜਾਂ ਮੈਨੂੰ ਪੈਸੇ ਦੇ ਦੋ।
गया काम? हाँ जी, परिवार वर उत्थे रह गया। ओ साला बेवकूफ, चलो देखी जाओगी, निकलो चलो। आज तो तू बहुत खुश होगी ना, क्योंकि तू तो शुरू से यही चाहती थी। आंखों में पानी क्यों लेकर आई है? एदी नफरत ने ता अज ओदे आ दिन ले आते। डॉक्टर साहब किदा वीरे दी हालत? बेटे हालत चिंताजनक है, खून बहुत ज्यादा वग गया, गोली असी कटती और परमपिता अगले दिन 24 घंटे ने बहुत क्रिटिकल ली। परमपिता परमात्मा अगर अरदास करो कि वो ठीक हो जाए, तो घबराओ ना, सब ठीक हो जाएगा। बहुत गलत हो गया जी। कि जिस दिन की तू इस घर च व्याह के आई हाँ, अज पहली बारी तेने कुछ खाण लई बनाया सी। पनीर तो की जे तू प्यार नाल जहर भी दे दे, मैं तो वह भी खा लूँ, क्योंकि तेनू प्यार जो करदा आ। की होया पुत्र जी, इन्नी रात हो गई वो भी तुसी इत्थे, तुहाडे घर दा भी कोई नाल नहीं हैगा, सब सुख ते है? बाबा जी, सारे नू मैं ही क्यों गलत लगदी हाँ? मेरी खुद दी माँ नू भी ते मेरी भैन नू भी, हुण ते मैनू भी यही लगदा कि शायद मैं ही गलत हाँ। शायद मेरे ची सही गलत परखने की अकल नहीं। देखो मैनू इन्ना तो नहीं पता तुहाड़ी जिंदगी च की चल रहा, पर इन्ना जरूर पता कि कई बार समा अपने पक्ष च नहीं हुंदा, इहदे भी कई कारण हुंदे आ, पर इहो जिहा तुहाडे नाल की होया? ऐ की मेरी दिंदा वो तू कराया? सत महीने हो गए भाई। बहुत धन्यवाद थोड़ा, तुसी इत्थे आंदी इन्नी खेचल कीती, पर मैनू थोड़े वैली मुंडी दा रिश्ता बिल्कुल पसंद नहीं। चलो चंगा मां जी, मैं चलदा, मैं दोबारा फिर अपनी मां दे हाथ रिश्ता भेजूंगा, इस बारी उन्हां नूं खाली हाथ ना मोड़ियो। मां मैनू ऐ दस, मैं रौनक नाल विआह करके कोई गलती करती? उसने मेरी लाइफ खराब कीती है ना, ते हुण उसदी लाइफ खराब करांगी। पागल कुड़िए, तू क्यों नहीं समझदी,
ਉਹ ਤੈਨੂੰ ਦਿਲ ਤੋਂ ਚਾਹੁੰਦੇ ਨੇ, ਤੂੰ ਉਹਨਾਂ ਤੋਂ ਹੀ ਬਦਲਾ ਲੈਣ ਨੂੰ ਫਿਰਦੀ ਹੈ। ਤੇ ਤੁਸੀਂ ਉਹਦੀ ਲੰਮੀ ਉਮਰ ਦੀ ਅਰਦਾਸ ਕਰਨ ਆਏ ਹੋ। ਦੇਖੋ ਬੱਚੇ, ਜਿਸ ਦਿਨ ਉਹ ਤੁਹਾਡੀ ਜ਼ਿੰਦਗੀ 'ਚ ਆਇਆ ਉਹ ਹਾਲਾਤ ਸਹੀ ਨਹੀਂ ਸੀ। ਅਤੇ ਇੱਕ ਗੱਲ ਹੋਰ, ਜੋ ਤੁਸੀਂ ਆਪਣੇ ਮੂੰਹੋਂ ਮੈਨੂੰ ਕਹੀ ਹੈ ਕਿ ਉਹ ਤੁਹਾਨੂੰ ਬਹੁਤ ਪਿਆਰ ਕਰਦਾ, ਅਤੇ ਬੱਚੇ ਸ਼ਾਇਦ ਇਹ ਗੱਲ ਤੁਹਾਨੂੰ ਪਤਾ ਨਹੀਂ ਕਿ ਪਿਆਰ ਤਾਂ ਤੁਸੀਂ ਵੀ ਉਹਨੂੰ ਬਹੁਤ ਕਰਦੇ ਹੋ। ਹਾਂਜੀ, ਪਿਆਰ ਤਾਂ ਤੁਸੀਂ ਵੀ ਕਰਦੇ ਹੋ, ਪਰ ਤੁਸੀਂ ਇਹ ਗੱਲ ਮੰਨਣਾ ਨਹੀਂ ਚਾਹੁੰਦੇ। ਤੁਹਾਡਾ ਦਿਲ ਤਾਂ ਪਿਆਰ ਕਰਦਾ, ਪਰ ਤੁਹਾਡੀ ਅਕਲ ਅਤੇ ਦਿਮਾਗ ਉਹ ਦਿਲ ਦੀ ਗੱਲ ਸੁਣ ਨਹੀਂ ਦੇ ਰਿਹਾ। ਜਦੋਂ ਦਿਲ ਦੀ ਗੱਲ ਸੁਣਨੀ ਹੋਵੇ ਉਦੋਂ ਦਿਮਾਗ ਵਾਲੇ ਦਰਵਾਜ਼ੇ ਬੰਦ ਕਰ ਲੈਣੇ ਚਾਹੀਦੇ ਆ। ਜਾਓ ਪੁੱਤ, ਹੁਣ ਉਹਦਾ ਜ਼ਿੰਦਗੀ ਸੌਖੀ ਤੁਹਾਡੇ ਕੋਲ ਜਾਣ ਨਾਲ ਹੋਣੀ ਆ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਕਿੱਦਾਂ ਲੱਗਿਆ ਤੁਹਾਨੂੰ ਦੀਵਾਨਾ ਸੀਰੀਜ਼ ਦਾ ਐਪੀਸੋਡ 4? ਉਮੀਦ ਕਰਦਾ ਵਧੀਆ ਲੱਗਿਆ ਹੋਊਗਾ। ਜੇ ਵਧੀਆ ਲੱਗਿਆ ਤਾਂ ਇਸਨੂੰ ਹੁਣ ਜ਼ਿਆਦਾ ਤੋਂ ਜ਼ਿਆਦਾ ਤੁਸੀਂ ਕਮੈਂਟਸ ਕਰਨੇ ਨੇ, ਕਿਉਂਕਿ ਤੁਹਾਡੇ ਕਮੈਂਟਸ ਤੋਂ ਹੀ ਸਾਨੂੰ ਪਤਾ ਲੱਗਦਾ ਹੈ ਤੁਹਾਨੂੰ ਵੀਡੀਓਜ਼ ਕਿੱਦਾਂ ਦੀਆਂ ਲੱਗ ਰਹੀਆਂ ਨੇ। ਜਿਹੜੇ ਯੂਜ਼ਰ ਨਵੇਂ ਆਏ ਚੈਨਲ 'ਤੇ, ਉਹ ਆਪਣੀਆਂ ਹੋਰ ਬਾਕੀ ਦੀਆਂ ਵੀਡੀਓਜ਼ ਵੀ ਦੇਖਿਓ, ਬਾਕੀ ਦੀਆਂ ਸੀਰੀਜ਼ ਵੀ ਦੇਖਿਓ, ਲਾਈਕ ਬੇਵਫਾ ਸੀਰੀਜ਼ ਦੇਖਿਓ ਤੁਸੀਂ, ਸ਼ਰੀਕ ਸੀਰੀਜ਼ ਦੇਖਿਓ, ਹੋਰ ਵੀ ਬਹੁਤ ਸਾਰੀਆਂ ਵੀਡੀਓਜ਼ ਨੇ, ਉਹ ਵੀ ਤੁਸੀਂ ਜ਼ਰੂਰ ਦੇਖਿਓ ਅਤੇ ਜ਼ਿਆਦਾ ਤੋਂ ਜ਼ਿਆਦਾ ਪਿਆਰ ਦਿਓ। ਕਮੈਂਟਸ ਭਰ ਕੇ ਕਰੋ ਯਾਰ, ਸਾਡੀ ਮਿਹਨਤ ਬਹੁਤ ਲੱਗਦੀ ਆ ਪ੍ਰੋਜੈਕਟਸ ਦੇ ਉੱਤੇ। ਜੇ ਤੁਸੀਂ ਕਮੈਂਟਸ ਕਰੋਗੇ ਤਾਂ ਸਾਡਾ ਹੌਸਲਾ ਵਧੂ, ਲਾਈਕ ਕਰੋਗੇ ਤਾਂ ਸਾਡਾ ਹੌਸਲਾ ਵਧੂਗਾ, ਸ਼ੇਅਰ ਕਰੋਗੇ ਤਾਂ ਸਾਡਾ ਹੌਸਲਾ ਵਧੂਗਾ। ਸੋ ਜਿਹੜੇ ਨਵੇਂ ਯੂਜ਼ਰ ਆਇਆ ਉਹ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਚੈਨਲ ਨੂੰ, ਅਤੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਲਿਓ ਤਾਂ ਕਿ ਤੁਹਾਡੇ ਤੱਕ ਨਵੀਆਂ ਨਵੀਆਂ ਵੀਡੀਓਜ਼ ਇੱਦਾਂ ਹੀ ਪਹੁੰਚਦੀਆਂ ਰਹਿਣ। ਬਾਕੀ ਦੀਵਾਨਾ ਸੀਰੀਜ਼ ਦਾ ਲਾਸਟ ਐਪੀਸੋਡ ਫਰਾਈਡੇ ਨੂੰ ਆ ਰਿਹਾ ਹੈ, ਅਗਲੇ ਫਰਾਈਡੇ ਨੂੰ, ਅਤੇ ਉਸਦੀ ਵੀ ਤੁਸੀਂ ਵੇਟ ਕਰਿਓ। ਬਹੁਤ ਘੈਂਟ ਐਪੀਸੋਡ ਲੱਗੂਗਾ ਤੁਹਾਨੂੰ ਲਾਸਟ ਵੀ। ਅਤੇ ਕਮੈਂਟ ਕਰਕੇ ਜਾਇਓ ਤੁਹਾਨੂੰ ਕਿੱਦਾਂ ਦੀ ਲੱਗ ਰਹੀ ਹੈ ਸੀਰੀਜ਼, ਮੈਂ ਕਮੈਂਟਸ ਪੜ੍ਹਨੇ ਆ ਸਭ ਦੇ। ਸਤਿ ਸ਼੍ਰੀ ਅਕਾਲ ਜੀ।